ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟੌਪ ਨਿਊਜ਼ ਬੁਲੇਟਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 21 ਅਪ੍ਰੈਲ ਹੈ ਦਿਨ ਐਤਵਾਰ ਹੈ ਨਾਨਕ ਸ਼ਹੀ ਸੰਮਤ 556 ਦੇ ਮੁਤਾਬਿਕ ਅੱਜ 9 ਵਿਸਾਖ ਹੋ ਗਿਆ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਸਭ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਪੰਜਾਬ ਚ ਪਰਸੋਂ ਪਏ ਤੇਜ਼ ਮੀਂਹ ਤੇ ਗੜੇਮਾਰੀ ਕਰਕੇ ਸੂਬੇ ਦੇ ਵਿੱਚ ਕਣਕ ਦੀ ਪੱਕੀ ਹੋਈ ਹਜ਼ਾਰਾਂ ਏਕੜ ਫਸਲ ਨੁਕਸਾਨੀ ਗਈ ਹੈ ਜਿਸ ਕਰਕੇ ਕਣਕ ਦਾ ਝਾੜ ਐਤਕੀ ਘਟਣ ਦਾ ਖਤਸ਼ਾ ਪੈਦਾ ਹੋ ਗਿਆ ਪੰਜਾਬ ਦੇ ਖੇਤੀਬਾੜੀ ਵਿਭਾਗ ਦੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਪਏ ਮੀਂਹ ਤੇ ਗੜਿਆਂ ਕਰਕੇ ਸਭ ਤੋਂ ਵੱਧ ਨੁਕਸਾਨ ਮੋਗਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਹੋਇਆ ਜਿੱਥੇ ਕਰੀਬ 5000 ਏਕੜ ਫਸਲ ਪ੍ਰਭਾਵਿਤ ਹੋਈ ਹੈ ਕਰੀਬ ਇੱਕ ਦਰਜਨ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਮਾਮੂਲੀ ਨੁਕਸਾਨ ਦੀਆਂ ਰਿਪੋਰਟਾਂ ਆਈਆਂ ਨੇ ਮੀਂਹ ਦੇ ਗੜਿਆਂ ਕਰਕੇ ਕਣਕ ਦੀ ਬਾਢੀ ਤੇ ਵੀ ਅਸਰ ਪਿਆ ਹੈ ਦੂਸਰੇ ਪਾਸੇ ਮੌਸਮ ਵਿਭਾਗ ਨੇ ਮੌਸਮ ਖਰਾਬ ਹੋਣ ਦੀ ਭਵਿੱਖਬਾਣੀ ਨੇ ਕਿਸਾਨਾਂ ਦੀ ਚਿੰਤਾ ਫੇਰ ਵਧਾ ਦਿੱਤੀ ਹੈ ਮੌਸਮ ਵਿਗਿਆਨੀਆਂ ਦੇ ਮੁਤਾਬਕ ਪੰਜਾਬ ਦੇ ਵਿੱਚ ਅੱਜ 21 ਕੱਲ 22 ਤੇ ਪਰਸੋ 23 April ਨੂੰ ਪੱਛਮੀ ਵਿਗਾੜ ਫੇਰ ਸਰਗਰਮ ਹੋ ਰਿਹਾ ਹੈ ਜਿਸ ਕਰਕੇ ਸੂਬੇ ਦੇ ਵਿੱਚ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਹਲਕਾ ਮੀਂਹ ਪੈ ਸਕਦਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮੋਢਲੇਪੜਾ ਦੇ ਵਿੱਚ ਮੋਗਾ ਤੇ ਸ਼੍ਰੀ ਫਤਿਗੜ ਸਾਹਿਬ ਦੇ ਵਿੱਚ ਹੀ 5000 ਏਕੜ ਦੇ ਕਰੀਬ ਕਣਕ ਦੀ ਫਸਲ ਪ੍ਰਭਾਵਿਤ ਹੋਣ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਇਸ ਜਾਣਕਾਰੀ ਨੂੰ ਪੁਖਤਾ ਨਹੀਂ ਕਿਹਾ ਜਾ ਸਕਦਾ। ਗਿਰਦੌਰੀ ਕਰਵਾਉਣ ਤੋਂ ਪਹਿਲਾਂ ਅਜਿਹੇ ਅੰਕੜੇ ਸਿਰਫ ਅੰਦਾਜ਼ੇ ਹੀ ਹੁੰਦੇ ਨੇ। ਇੱਕ ਦਿਨ ਪਹਿਲਾਂ ਭਾਵੇਂ ਖੇਤੀਬਾ ਨੁਕਸਾਨ ਨਾ ਹੋਣ ਦਾ ਦਾਵਾ ਕੀਤਾ ਸੀ ਪਰ ਅੱਜ ਵਿਭਾਗ ਨੇ ਕਿਹਾ ਕਿ ਬੇਮੌਸਮੀ ਮੀਂਹ ਤੇ ਗੜੇਮਾਰੀ ਕਰਕੇ ਕਣਕ ਦਾ ਝਾੜ ਘਟ ਸਕਦਾ ਹੈ ਦੂਸਰੇ ਪਾਸੇ ਖਰਾਬ ਮੌਸਮ ਤੇ ਚੱਲਦੇ ਆ ਸ਼੍ਰੀ ਮੁਕਸਤ ਸਾਹਿਬ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਕਰਕੇ ਖੇਤਾਂ ਵਿੱਚ ਖੜੀ ਪੱਕੀ ਫਸਲ ਨੂੰ ਅੱਗ ਲੱਗ ਗਈ ਜਿਸ ਕਾਰਨ ਲਗਭਗ 1.5 ਤੋਂ 2 ਏਕੜ ਕਣਕ ਦੀ ਫਸਲ ਸੜ ਗਈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਕਿਸਾਨ ਲੀਡਰਾਂ ਨੇ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਮੰਗਿਆ ਹੈ ਉਧਰ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਤੇ ਬਰਫਬਾਰੀ ਕਰਕੇ 104 ਸੜਕਾਂ ਬੰਦ ਹੋ ਗਈਆਂ ਨੇ ਮੌਸਮ ਵਿਭਾਗ ਨੇ ਸੂਬੇ ਦੇ ਵਿੱਚ 2 ਦਿਨ ਦੇ ਲਈ ਫੇਰ ਪੀਲੀ ਚੇਤਾਵਨੀ ਜਾਰੀ ਕੀਤੀ ਹੈ ਮਨਾਲੀ ਕਿਲੌਂਗ ਮਾਰਗ ਤੇ ਸਿਸੂ ਨੇੜੇ ਟੀਗਾ ਡਿਰਗਣ ਕਰਕੇ ਆਵਾਜਾਈ ਠੱਪ ਹੋ ਗਈ ਸੂਬੇ ਵਿੱਚ 104 ਸੜਕਾਂ ਬੰਦ ਹੋ ਗਈਆਂ ਨੇ ਜਿਨ੍ਹਾਂ ਵਿੱਚੋਂ 99 ਸੜਕਾਂ ਲਾਹੌਲ ਤੇ ਸਪੀਤੀ ਦੀਆਂ ਨੇ ਬੀਆਰ ਵੱਲੋਂ ਸੜਕਾਂ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੱਲ ਤੇ ਪਰਸੋਂ ਮੌਸਮ ਵਿਭਾਗ ਨੇ ਸੂਬੇ ਦੇ ਵਿੱਚ ਫੇਰ ਪੀਲੀ ਚੇਤਾਵਨੀ ਜਾਰੀ ਕੀਤੀ ਹੈ ਯਾਨੀ ਕਿ ਭਾਰੀ ਮੀਂਹ ਪੈ ਸਕਦਾ ਹੈ हिमाचल प्रदेश ਦੇ ਮੈਦਾਨੀ ਤੇ ਹੇਠਲੇ ਪਹਾੜੀ ਇਲਾਕਿਆਂ ਦੇ ਵਿੱਚ ਜ਼ਬਰਦਸਤ ਮੀਂਹ ਪਿਆ ਹੁਣ ਤੁਹਾਨੂੰ ਸਿੱਧਾ ਲੈ ਚਲਦੇ ਹਾਂ ਕੈਨੇਡਾ ਦੇ ਖੂਬਸੂਰਤ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੱਡੇ ਸ਼ਹਿਰ ਸਰੀ ਦੇ ਵਿੱਚ ਜਿੱਥੇ ਅੱਜ ਕੈਨੇਡਾ ਦੇ ਸਮੇਂ ਮੁਤਾਬਕ 20 ਅਪ੍ਰੈਲ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹਰ ਸਾਲ ਖਾਲਸੇ ਦੀ ਸਿਰਜਣਾ ਦਿਹਾੜੇ ਨੂੰ ਸਮਰਪਿਤ ਸਰੀ ਦੇ ਸੰਗਤ ਦੇ ਵੱਲੋਂ ਵੱਡਾ ਨਗਰ ਕੀਰਤਨ ਸਜਾਇਆ ਜਾਂਦਾ ਜਿਸ ਨੂੰ ਸਿੱਖਡੇ ਪਰੇਡ ਦਾ ਨਾਮ ਦਿੱਤਾ ਗਿਆ ਹੈ ਇਸ ਸਿੱਖਡੇ ਪਰੇਡ ਦੇ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਹੇਠ ਵੱਡੀ ਗਿਣਤੀ ਵਿੱਚ ਸੰਗਤ ਜੁੜੀ ਸਿਰਫ ਸਰੀ ਤੇ ਕੈਨੇਡਾ ਤੋਂ ਹੀ ਨਹੀਂ ਬਲਕਿ ਅਮਰੀਕਾ ਭਾਰਤ ਪੰਜਾਬ ਤੇ ਹੋਰ ਮੁਲਕਾਂ ਦੀ ਸੰਗਤ ਵੀ ਇੱਥੇ ਪਹੁੰਚੀ ਹੋਈ ਸੀ ਬਹੁਤ ਸਾਰੇ ਉਹ ਲੋਕ ਵੀ ਸਨ ਜਿਹੜੇ ਖਾਸ ਤੌਰ ਤੇ ਸਰੀ ਦਾ ਇਹ ਨਗਰ ਕੀਰਤਨ ਦੇਖਣ ਦੇ ਲਈ ਆਉਂਦੇ ਨੇ ਸਿੱਖ ਦੇ ਪਰੇਡ ਨਗਰ ਕੀਰਤਨ ਦੀ ਆਰੰਭਤਾ ਸਰੀ ਦੇ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਤੋਂ ਹੋਈ ਤੇ ਸਮਾਪਤੀ ਵੀ ਉੱਥੇ ਜਾ ਕੇ ਹੀ ਹੋਈ ਪੂਰਾ ਨਗਰ ਕੀਰਤਨ ਜਹਾਉ ਜਲਾਲ ਦੇ ਨਾਲ ਉਤਸ਼ਾਹ ਦੇ ਨਾਲ ਪੂਰੇ ਸ਼ਾਂਤਮਈ ਰੂਪ ਦੇ ਵਿੱਚ ਸੰਪੰਨ ਹੋਇਆ ਅਤਿਸ਼ਮੇਸ਼ ਦਰਬਾਰ ਗੁਰੂ ਘਰ ਤੋਂ ਲੈ ਕੇ 7 ਕਿਲੋਮੀਟਰ ਦੇ ਘੇਰੇ ਵਿੱਚ ਨਗਰ ਕੀਰਤਨ ਸਰੀਦੀਆਂ ਸੜਕਾਂ ਤੇ ਗਿਆ ਠਾਠਾਂ ਮਾਰਦੇ ਇਕੱਠ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦਾ ਸਵਾਗਤ ਕੀਤਾ ਅਤੇ ਵੱਡੀ ਗੰਤ ਵਿੱਚ ਸੰਗਤਾਂ ਦੇ ਲਈ ਪਕਵਾਨਾਂ ਦਾ ਪ੍ਰਬੰਧ ਕੀਤਾ ਵੱਖ-ਵੱਖ ਤਰ੍ਹਾਂ ਦੇ ਲੰਗਰ ਇਥੇ ਆਮ ਸਿੱਖਾਂ ਦੇ ਵੱਲੋਂ ਲਾਏ ਗਏ ਸਨ ਕਈ ਜਥੇਬੰਦੀਆਂ ਨੇ ਵੀ ਆਪ ਕੋ ਆਪਣੇ ਨਾਮ ਹੇਠ ਲੰਗਰ ਲਾਏ ਹੋਏ ਸਨ ਸਰੀਦ ਸਿੱਖ ਪਰੇਡ ਦੀ ਇੱਕ ਬਹੁਤ ਹੀ ਖਾਸ ਵਿਲੱਖਣਤਾ ਇਹ ਹੈ ਕਿ ਇਥੇ ਹਰ ਕੋਈ ਆਪਣੇ ਬੋਲੰਡੀ ਆਜ਼ਾਦੀ ਦੀ ਭਰਪੂਰ ਵਰਤੋਂ ਕਰਦਾ ਹੈ ਸਮੁੱਚੇ ਨਗਰ ਕੀਰਤਨ ਦੇ ਵਿੱਚ ਖਾਲਸਾ ਰਾਜ ਲੈਣ ਦੇ ਨਾਰੇ ਗੂੰਜਦੇ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਨਕਮਾਨ ਦਲ ਦੇ ਵੱਲੋਂ ਵੀ ਇੱਥੇ ਸਟੇਜ ਲਾਈ ਗਈ ਸੀ ਨਗਰ ਕੀਰਤਨ ਦੇ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਇੱਥੋਂ ਦੇ ਫਲੋਟਸ ਰਹਿੰਦੇ ਨੇ ਸਭ ਤੋਂ ਪਹਿਲੇ ਨੰਬਰ ਤੇ ਮੀਡੀਆ ਕਵਰੇਜ ਵਾਲੇ ਚਾਣਲਾਂ ਦੇ ਫਲੋਟਸ ਸਨ ਉਸ ਤੋਂ ਬਾਅਦ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਮੌਜੂਦ ਸਨ ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਵਿੱਤਰ ਪਾਲਕੀ ਦੇ ਵਿੱਚ ਸਜੋਬਿਤ ਕੀਤਾ ਹੋਇਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲੋਟ ਤੋਂ ਬਾਅਦ ਫਲੋਟਸ ਵੱਡੇ ਵੱਡੇ ਟਰੱਕਾਂ ਦੇ ਵਿੱਚ ਚੱਲਦੇ ਹਨ ਇਸ ਮੌਕੇ ਰਾਗੀ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਖੂਬ ਰੰਗ ਬਣਿਆ ਅਖੰਡ ਕੀਰਤਨੀ ਜਥੇ ਵੱਲੋਂ ਵੀ ਫਲੋਟ ਤਿਆਰ ਕੀਤਾ ਗਿਆ ਸੀ ਜੂਨ 1984 ਦੇ ਵਿੱਚ ਸਿੱਖਾਂ ਦੇ ਮੁਕੱਦਸ ਅਸਥਾਨਾਂ ਤੇ ਜਿਹੜਾ ਦਰਦਨਾਕ ਹਮਲਾ ਹੋਇਆ ਸੀ ਉਸ ਦੀ ਪੀੜ ਸਿੱਖ ਅੱਜ ਵੀ ਨਹੀਂ ਭੁੱਲੇ ਇਹ ਖਾਸ ਫਲੋਟ ਤੁਸੀਂ ਦੇਖ ਸਕਦੇ ਹੋ ਜਿਸ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਸਜਾਇਆ ਗਿਆ ਹੈ ਅਤੇ ਉਹ 1984 ਦੇ ਸਾਕੇ ਨਾਲ ਸਬੰਧਤ ਹਰ ਜਾਣਕਾਰੀ ਇਸ ਫਲੋਟ ਤੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਅਖੰਡ ਕੀਰਤਨ ਜਥੇ ਵੱਲੋਂ ਵੀ ਫਲੋਟ ਲਾਏ ਗਏ ਸਨ ਜਿਸ ਵਿੱਚ 1976 ਵਿੱਚ ਦਿਖਾਉਣ ਵਾਲੇ ਸਿੰਘਾਂ ਦੀਆਂ ਤਸਵੀਰਾਂ ਲੱਗੀਆਂ ਸਨ ਪ੍ਰਬੰਧਕਾਂ ਦੇ ਦੱਸਣ ਮੁਤਾਬਕ ਐਤਕੀ ਨਗਰ ਕੀਰਤਨ ਦੇ ਵਿੱਚ ਪਹੁੰਚੀ ਸੰਗਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਪਿਛਲੇ ਸਾਲ 7 ਲੱਖ ਦੇ ਕਰੀਬ ਸੰਗਤ ਪਹੁੰਚੀ ਸੀ ਪਰ ਇਸ ਵਾਰ 1 ਮਿਲੀਅਨ ਯਾਨੀ ਕਿ 10 ਲੱਖ ਸੰਗਤ ਦੇ ਪਹੁੰਚਣ ਦੀ ਜਾਣਕਾਰੀ ਮਿਲੀ ਹੈ ਹਾਲਾਂਕਿ ਨਗਰ ਕੀਰਤਨ ਦੀ ਸਮਾਪਤੀ ਤੋਂ ਥੋੜਾ ਚਿਰ ਪਹਿਲਾਂ ਸਿੱਖ ਦੇ ਪਰੇਡ ਦੇ ਵਿੱਚ ਇੱਕ ਨਿੱਕੀ ਜਹੀ ਘਟਨਾ ਵਾਪਰੀ 3 ਵਜੇ ਤੋਂ ਬਾਅਦ ਅਚਾਨਕ ਤੇਜ਼ ਹਵਾਵਾਂ ਚੱਲਣ ਲੱਗੀਆਂ ਕੈਮੈਂਟ ਵੀ ਹੋਈ ਇਸ ਦਰਮਿਆਨ ਇੱਕ ਵੱਡਾ ਫਲੈਕਸ ਲੱਗੀ ਕ੍ਰੇਨ ਡਿੱਗ ਗਈ ਜਿਸ ਨੂੰ ਪੁਲਿਸ ਪ੍ਰਸ਼ਾਸਨ ਨੇ ਤੇ 2 ਘੰਟੇ ਜਾਮ ਦੇ ਵਿੱਚ ਫਸਣ ਤੋਂ ਬਾਅਦ ਆਖਿਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਾਲੇ ਟਰੱਕ ਨੇ ਗੁਰਦਾਰਾ ਦਸ਼ਮੇਸ਼ ਦਰਬਾਰ ਚੱਲੇ ਪਾ ਦਿੱਤੇ ਤੇ ਸਰੀ ਸਿੱਖ ਦੇ ਪ੍ਰਯੋਗਿਕ ਹੋਰ ਖਾਸ ਗੱਲ ਇਹ ਹੁੰਦੀ ਹੈ ਕਿ ਇੱਥੇ ਸਿਰਫ ਸਿੱਖ ਭਾਈਚਾਰੇ ਦੇ ਲੋਕ ਨਹੀਂ ਬਲਕਿ ਮੁਸਲਮਾਨ ਹੋਣ ਜਾਂ ਇਸਾਈ ਹੋਣ ਜਾਂ ਫਿਰ ਕੈਨੇਡਾ ਵਿੱਚ ਵਸਦੇ ਨਾਗਰਿਕ ਗੋਰੇ ਵੀ ਇੱਥੇ ਪਹੁੰਚਦੇ ਹਨ ਸਰੀ ਦੇ ਕਈ ਐਮਪੀਸ ਨੇ ਵੀ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਸੋ ਆਖਰਕਾਰ ਸਰੀ ਦਾ ਇਹ ਇਤਿਹਾਸਿਕ ਨਗਰ ਕੀਰਤਨ ਐਤਕੇ ਵੀ ਪੂਰੀ ਸ਼ਾਂਤੀ ਦੇ ਨਾਲ ਸੰਪੰਨ ਹੋਇਆ ਪੂਰੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਨਗਰ ਕੀਰਤਨ ਸਜਾਇਆ ਗਿਆ ਅੱਜ ਅਹਿੰਸਾ ਸੱਚ ਅਤੇ ਰੂਹਾਨੀਆਂ ਦਾ ਸੁਨੇਹਾ ਦੇਣ ਵਾਲੇ ਭਗਵਾਨ ਮਹਾਵੀਰ ਸਵਾਮੀ ਜੀ ਦਾ ਜਨਮ ਦਿਵਸ ਹੈ ਮਹਾਵੀਰ ਸਵਾਮੀ 24 ਮਈ ਜਨਮਤੀ ਧੰਕਰ ਹੋਏ ਨੇ ਪੰਜਾਬ ਸਰਕਾਰ ਨੇ ਵੀ ਮਹਾਵੀਰ ਜਨਮਤੀ ਦੀਆਂ ਵਧਾਈਆਂ ਦਿੱਤੀਆਂ ਨੇ ਮਹਾਵੀਰ ਜਨਮਤੀ ਮੌਕੇ ਅੱਜ ਜਲੰਧਰ ਦੇ ਵਿੱਚ ਮੀਟ ਅਤੇ ਆਂਡਿਆਂ ਦੀਆਂ ਦੁਕਾਨਾਂ ਮੁਕੰਮਲ ਬੰਦ ਰਹਿਣਗੀਆਂ ਜਲੰਧਰ ਦੇ ਡੀਸੀ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੰਡ ਜ਼ਾਬਤੇ ਦੀ ਧਾਰਾ 144 ਅਧੀਨ ਜਲੰਧਰ ਦੀਆਂ ਸਾਰੀਆਂ ਦੁਕਾਨਾਂ ਤੇ ਰੇੜੀਆਂ ਤੇ ਮੀਟ ਦੇ ਆਂਡਿਆਂ ਦੀ ਵਿਕਰੀ ਤੇ ਰੋਕ ਲਾ ਦਿੱਤੀ ਹੈ ਪੰਜਾਬ ਹਰਿਆਣਾ ਬਾਰਡਰ ਤੇ ਸ਼ੰਭੂ ਰੇਲਵੇ ਸਟੇਸ਼ਨ ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਹਰਿਆਣਾ ਪੁਲਿਸ ਨੂੰ ਕਿਸਾਨਾਂ ਦੀ ਰਿਹਾਈ ਲਈ ਕਿਸਾਨਾਂ ਨੇ ਅੱਜ ਸ਼ਾਮ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਹੈ ਕਿਸਾਨਾਂ ਦੇ ਰੇਲਵੇ ਟਰੈਕ ਜਾਮ ਦੌਰਾਨ 54 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਇਹਨਾਂ 54 ਰੇਲ ਗੱਡੀਆਂ ਦੇ ਵਿੱਚੋਂ ਕਈਆਂ ਨੂੰ ਬਰਧ ਕਰਨਾ ਪਿਆ ਤੇ ਕਈ ਬਦਲਵੇਂ ਰੂਟਾਂ ਜ਼ਰੀਏ ਆਪਣੀ ਮੰਜ਼ਿਲ ਤੇ ਪਹੁੰਚੀਆਂ ਰੇਲ ਗੱਡੀਆਂ ਰੱਦ ਹੋਣ ਕਰਕੇ ਕੱਲ ਵੀ ਹਜ਼ਾਰਾਂ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰੇਲਵੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਕਿਸਾਨਾਂ ਦੇ ਸੰਘਰਸ਼ ਕਰਕੇ ਅੰਬਾਲਾ ਤੋਂ ਅਮਰitsar ਰੂਟ ਤੇ ਕੁੱਲ 54 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਪਟੜੀਆਂ ਤੇ ਧਰਨੇ ਕਾਰਨ ਹੁਣ ਤੱਕ 380 ਰੇਲ ਗੱਡੀਆਂ ਪ੍ਰਭਾਵਿਤ ਹੋ ਚੁੱਕੀਆਂ ਨੇ ਸ਼ੰਭੂ ਰੇਲਵੇ ਸਟੇਸ਼ਨ ਤੇ ਲੱਗੇ ਮੋਰਚੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵੰਤ ਸਿੰਘ ਪੰਦੇ ਦੀ ਅਗਵਾਈ ਹੇਠ ਮਾਜੇ ਤੋਂ ਕਿਸਾਨ ਬੀਬੀਆਂ ਦਾ ਵੱਡਾ ਜਥਾ ਪਹੁੰਚਿਆ ਇਸ ਜਥੇ ਨੇ ਵੀ ਰੇਲਵੇ ਟਰੈਕ ਤੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅੱਜ ਧਰਨਾ 5ਵੇਂ ਦਿਨ ਦੇ ਵਿੱਚ ਪਹੁੰਚ ਗਿਆ ਹੈ ਜੇ ਅੱਜ ਤੱਕ ਵੀ ਗ੍ਰਿਫਤਾਰ ਕੀਤੇ ਨੌਜਵਾਨ ਕਿਸਾਨਾਂ ਨੂੰ ਰਿਹਾਨਾ ਕੀਤਾ ਗਿਆ ਤਾਂ ਕਿਸਾਨ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਨਵੀਂ ਰਣਨੀਤੀ ਦਾ ਐਲਾਨ ਕਰਨਗੇ ਇਸ ਤੋਂ ਇਲਾਵਾ ਕਿਸਾਨ ਮੋਰਚੇ ਵੱਲੋਂ 22 April ਨੂੰ ਹਰਿਆਣਾ ਦੇ ਜੀਂਦ ਵਿੱਚ ਕਿਸਾਨ ਪੰਚਾਇਤ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਨਵੇਂ ਐਕਸ਼ਨ ਦਾ ਐਲਾਨ ਕੀਤੇ ਜਾਣ ਦਾ ਵੀ ਜਾਣਕਾਰੀ ਦਿੱਤੀ ਹੈ ਸ਼ਨੀਚਰਵਾਰ ਨੂੰ ਦੇਸ਼ ਦੇ ਚੋਣ ਦੰਗਲ ਦੇ ਵਿੱਚ ਕੀ ਕੁਝ ਹੋਇਆ ਉਸ ਦੀ ਜਾਣਕਾਰੀ ਵੀ ਦੇ ਦਨੇ ਆ ਭਾਰਤ ਦੇ ਸਭ ਤੋਂ ਵੱਡੇ ਜਸਟਿਸ ਡੀ.ਵਾਈ. ਚੰਦਰਚੂਣ ਨੇ ਨਵੇਂ ਫੌਜਦਾਰੀ ਨਿਆ ਕਾਨੂੰਨਾਂ ਦੇ ਅਮਲ ਵਿੱਚ ਆਉਣ ਨੂੰ ਸਮਾਜ ਲਈ ਇਤਿਹਾਸਿਕ ਪਲ ਦੱਸਿਆ ਹੈ ਯਾਨੀ ਕਿ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਲਿਆਂਦੇ ਗਏ ਨੇ ਮੋਦੀ ਸਰਕਾਰ ਦੇ ਵੱਲੋਂ ਉਹਦੇ ਨਾਲ ਸਮਾਜ ਦੇ ਵਿੱਚ ਇਤਿਹਾਸਿਕ

ਚੀਫ ਜਸਟਿਸ ਨੇ ਇਹ ਵੀ ਕਿਹਾ ਕਿ ਨਵੇਂ ਕਾਨੂੰਨ ਉਦੋਂ ਹੀ ਸਫਲ ਹੋਣਗੇ ਜਦੋਂ ਲੋਕ ਇਹਨਾਂ ਨੂੰ ਅਪਣਾਉਣਗੇ ਜਿਨ੍ਹਾਂ ਤੇ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਵਾਉਣ ਦਾ ਜ਼ਿੰਮਾ ਹੈ ਇਸ ਦੇ ਨਾਲ ਹੀ ਭਾਰਤ ਦੇ ਚੀਫ ਜਸਟਿਸ ਨੇ ਸਾਰੇ ਦੇਸ਼ ਵਾਸੀਆਂ ਨੂੰ ਕਿਹਾ ਹੈ ਕਿ ਲੋਕਤੰਤਰ ਦੇ ਇਸ ਮਹਾਕੁੰਭ ਦੇ ਵਿੱਚ ਸਾਰੇ ਨਾਗਰਿਕ ਆਪੋ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਕਾਂਗਰਸ ਨੇ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੂੰ ਚੋਣ ਬਾਂਡ ਨਾਲ ਸੰਬੰਧਿਤ ਬਿਆਨ ਤੇ ਘੇੜਦਿਆਂ ਦੋਸ਼ ਲਾਇਆ ਹੈ ਕਿ ਭਾਜਪਾ ਚੋਣ ਬਾਂਡ ਰਾਹੀਂ ਦੇਸ਼ ਨੂੰ ਹੋਰ ਲੁੱਟਣਾ ਚਾਹੁੰਦੀ ਹੈ ਪਾਰਟੀ ਦੇ ਜਨਰਲ ਸਕੱਤਰ ਜਰਮ ਰਮੇਸ਼ ਨੇ ਦਾਵਾ ਕੀਤਾ ਕਿ ਜ਼ਮੀਨੀ ਪੱਧਰ ਤੋਂ ਮਿਲ ਰਹੀਆਂ ਖਬਰਾਂ ਤਾਬਿਕ ਭਾਜਪਾ ਸੱਤਾ ਤੋਂ ਬਾਹਰ ਜਾ ਰਹੀ ਹੈ ਦਰਅਸਲ ਨਿਰਮਲਾ ਸਿਤਾਰਮਨ ਨੇ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਚ ਕਿਹਾ ਸੀ ਕਿ ਚੋਣ ਬਾਂਡ ਨੂੰ ਸਬੰਧਿਤ ਧਿਰਾਂ ਨਾਲ ਵਿਚਾਰ ਚਰਚਾ ਤੋਂ ਬਾਅਦ ਕਿਸੇ ਨਾ ਕਿਸੇ ਰੂਪ ਚ ਵਾਪਸ ਲਿਆਂਦਾ ਜਾਊਗਾ ਆਵਾਜ਼ੀ ਪਾਰਟੀ ਦੇ ਸੀਨੀਅਰ ਲੀਡਰ ਤੇ ਐਮਪੀ ਸੰਜੇ ਸਿੰਘ ਨੇ ਦਾਵਾ ਕੀਤਾ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਇਹ ਗੱਲ ਸਵੀਕਾਰ ਕੀਤੀ ਹੈ ਅਖੌਤੀ ਸ਼ਰਾਬ ਘੁਟਾਲੇ ਦੇ ਮੁੱਖ ਮੋਲਜਮ ਸ਼ਰਤ ਰੈਡੀ ਨੇ ਮਨਜ਼ੂਰੀ ਦੇਣ ਤੋਂ ਬਾਅਦ ਭਾਜਪਾ ਨੂੰ 60 ਕਰੋੜ ਰੁਪਏ ਦਿੱਤੇ ਸਨ ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਨੇ ਮੰਨਿਆ ਕਿ ਸਰਕਾਰੀ ਗਵਾਹ ਬਣਨ ਤੋਂ ਬਾਅਦ ਸ਼ਰਤ ਰੈਡੀ ਨੇ ਪੈਸਾ ਭਾਜਪਾ ਦੀ ਮੱਧ ਪ੍ਰਦੇਸ਼ ਇਕਾਈ ਨੂੰ ਦਿੱਤਾ ਅਮਿਤ ਸ਼ਾਹ ਦਾ ਇਹ ਵੀ ਕਹਿਣਾ ਹੈ ਕਿ ਸਰਕਾਰੀ ਗਵਾਹ ਬਣਨਾ ਮਤਲਬ ਅਪਰਾਧ ਕਬੂਲ ਕਰਨਾ ਹੈ ਜੇ ਅਜਿਹਾ ਹੈ ਤਾਂ ਭਾਜਪਾ ਨੇ ਸ਼ਰਤ ਰੈਡੀ ਤੋਂ ਚੰਦਾ ਕਿਉਂ ਲ ਤੋਂ ਬਾਅਦ ਸ਼ਾਹ ਪਾਜਪਾ ਦਾ ਬਚਾ ਕਰਦਿਆਂ ਕਹਿੰਦੇ ਨੇ ਕਿ ਜੇ ਛੱਤਰੇ ਦੀ ਦੋਸ਼ੀ ਸੀ ਤਾਂ ਉਸ ਨੂੰ ਚੰਦਾ ਨਹੀਂ ਦੇਣਾ ਚਾਹੀਦਾ ਸੀ ਸਾਫ਼ ਹੈ ਕਿ ਉਹ ਝੂਠ ਬੋਲ ਕੇ ਦੇਸ਼ ਨੂੰ ਗਮਰਾਹ ਕਰ ਰਹੇ ਨੇ ਸੰਜੇ ਸਿੰਘ ਨੇ ਕਿਹਾ ਕਿ ਸਬੂਤਾਂ ਦੇ ਬਾਵਜੂਦ ਈਡੀ ਭਾਜਪਾ ਲੀਡਰਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਜਦਕਿ ਬਿਨਾਂ ਸਬੂਤਾਂ ਤੋਂ ਅਰਵਿੰਦ ਕੇਜਰੀਵਾਲ ਮਨਜੀਸ਼ ਸਸੋਦੀਆ ਅਤੇ ਖੁਦ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਚੋਣਾਂ ਦਰਮਿਆਨ ਪੰਜਾਬੀ ਦੇ ਇੱਕ ਨਾਮੀ ਅਖਬਾਰ ਨੂੰ ਇੰਟਰਵਿਊ ਦਿੰਦਿਆਂ ਦਾਵਾ ਕੀਤਾ ਹੈ ਕਿ ਐਤਕੀ ਚੋਣਾ ਸੰਵਿਧਾਨ ਤੇ ਆਜ਼ਾਦੀ ਬਚਾਉਣ ਦੀ ਲੜਾਈ ਹਨ ਭਗਵੰਤ ਮਾਨ ਨੇ ਆਰਡੀਐਫ ਅਤੇ ਕੌਮੀ ਸੇਤ ਮਿਸ਼ਨ ਦੇ ਫੰਡ ਰੋਕਣ ਦੇ ਲਈ ਮੋਦੀ ਸਰਕਾਰ ਨੂੰ ਫੇਰ ਵੱਡੇ ਤਰੀਕੇ ਦੇ ਨਾਲ ਘੇਰਿਆ ਉਧਰ ਕਾਂਗਰਸ ਨੇ ਮਣੀਪੁਰ ਦੇ ਸੰਤਾਲੀ ਪੋਲਿੰਗ ਬੂਥਾਂ ਤੇ ਮੋੜ ਚੋਣਾ ਕਰਵਾਉਣ ਦੀ ਮੰਗ ਕੀਤੀ ਹੈ ਪਾਰਟੀ ਨੇ ਦਾਵਾ ਕੀਤਾ ਕਿ ਪੋਲਿੰਗ ਦੌਰਾਨ ਇਹਨਾਂ ਬੂਥਾਂ ਤੇ ਕਬਜ਼ੇ ਕੀਤੇ ਗਏ ਉੱਤਰ ਪੂਰਬੀ ਰਾਜ ਵਿੱਚ ਦੋ ਲੋਕ ਸਭਾ ਹਲਕਿਆਂ ਦੀ ਚੋਣ 'ਚ ਗੜਬੜ ਕੀਤੀ ਗਈ ਮਣੀਪੁਰ ਦੇ ਦੋ ਲੋਕ ਸਭਾ ਹਲਕੇ ਇਨਰ ਮਣੀਪੁਰ ਤੇ ਆਉਟਰ ਮਣੀਪੁਰ ਦੇ ਲਈ ਪਰसों ਸ਼ੁੱਕਰਵਾਰ ਨੂੰ ਰਿਕਾਰਡ 68% ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਸੀ ਵੋਟਿੰਗ ਦੌਰਾਨ ਕੁਚੂ ਬੂਤਾਂ ਤੇ ਗੋਲੀਬਾਰੀ ਡਰੋਨ ਮੰਗਵਾਉਣ ਤੇ ਈਵੀਐਮਸ ਦੀ ਭੰਨ ਤੋੜ ਦੀਆਂ ਘਟਨਾਵਾਂ ਵੀ ਮੁਰੇ ਆਈਆਂ ਸਨ ਤੇ ਹੁਣ ਮਨੀਪੁਰ ਦੇ ਮੁੱਖ ਚੋਣ ਅਧਿਕਾਰੀ ਨੇ ਐਲਾਨ ਕੀਤਾ ਹੈ ਕਿ ਮਨੀਪੁਰ ਦੇ 11 ਪੋਲਿੰਗ ਸਟੇਸ਼ਨਾਂ ਤੇ ਵੋਟਿੰਗ ਕੱਲ 22 ਅਪ੍ਰੈਲ ਨੂੰ ਫੇਰ ਹੋਵੇਗੀ ਪੰਜਾਬ ਕਾਂਗਰਸ ਨੂੰ ਦੋ ਸਭ ਤੋਂ ਵੱਡੇ ਛਟਕੇਸ਼ ਨੇ ਚਰਵਾਰ ਨੂੰ ਲੱਗੇ ਤੀਜਾ ਲੱਗਣ ਦੀ ਤਿਆਰੀ ਹੈ ਟਿਕਟ ਨਾ ਮਿਲਣ ਤੋਂ ਨਾਰਾਜ਼ ਜਲੰਧਰ ਦੇ ਦੋ ਵਾਰ ਦੇ ਸਾਬਕਾ ਐਮਪੀ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਪਤੀ ਦੇ ਜਾਣ ਤੋਂ ਬਾਅਦ 2023 ਦੀ ਜ਼ਿਮਨੀ ਚੋਣ ਵਿੱਚ ਟਿਕਟ ਦਿੱਤੀ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਤੋਂ ਹਾਰ ਗਏ ਸਨ ਇਸ ਵਾਰ ਵੀ ਉਹਨਾਂ ਦੇ ਪੁੱਤ ਅਤੇ ਕਾਂਗਰਸ ਵਿਧਾਇਕ ਵਿਕਰਮ ਚੌਧਰੀ ਆਪਣੀ ਮਾਂ ਕਰਮਜੀਤ ਕੌਰ ਚੌਧਰੀ ਲਈ ਟਿਕਟ ਮੰਗ ਰਹੇ ਸਨ ਪਰ ਪਾਰਟੀ ਨੇ ਉਹਨਾਂ ਦੀ ਥਾਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਭਰੋਸਾ ਜਤਾਇਆ ਭਾਜਪਾ ਜੁਆਇਨ ਕਰਨ ਵੇਲੇ ਕਰਮਜੀਤ ਕੌਰ ਚੌਧਰੀ ਦੇ ਨਾਲ ਉਹਨਾਂ ਦੇ ਪੁੱਤ ਵਿਕਰਮ ਚੌਧਰੀ ਨਹੀਂ ਸਨ ਕਿਉਂਕਿ ਉਹ ਕਾਂਗਰਸ ਦੇ ਵਿਧਾਇਕ ਹਨ ਕਰਮਜੀਤ ਕੌਰ ਨੇ ਕਾਂਗਰਸ ਨੂੰ ਖਰਿਆ-ਖਰਿਆ ਸੁਣਾਉਂਦੇ ਹੋਏ ਕਿਹਾ ਕਿ ਸਾਡਾ ਪਰਿਵਾਰ ਟਕਸਾਲੀ ਕਾਂਗਰਸੀ ਸੀ ਪਰ ਸਾਨੂੰ ਨਜ਼ਰਅੰਦਾਜ਼ ਕੀਤਾ ਗਿਆ ਹੁਣ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਉਦਲ ਜਲੰਧਰ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਨੇ ਚੌਧਰੀ ਪਰਿਵਾਰ ਤੇ ਤਿੱਖਾ ਹਮਲਾ ਕਰਦੇ ਕਿਹਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਚੌਧਰੀ ਸਾਹਿਬ ਦੀ ਜਾਨ ਗਈ ਪਰ ਸੋਚ ਜ਼ਿੰਦਾ ਸੀ ਪਰ ਮਾਂ ਪੁੱਤ ਨੇ ਉਹਨਾਂ ਦੀ ਸੋਚ ਨੂੰ ਵੀ ਮਾਰ ਦਿੱਤਾ चनी ने कहा कि पार्टी का कुछ नुकसान नहीं होगा चौधरी परिवार ने अपना ही नुकसान करवाया लोग हम पार्टी बदलने चौधरी परिवार ने बहुत कुछ सबर करना चाहता काम किया मैनु नहीं लगता कोई कांग्रेस पार्टी नुकसान होगा लेकिन इन्ह ने अपने परिवार का बहुत नुकसान कर लिया ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਤਾਂ ਚੌਧਰੀ ਸਾਹਿਬ ਦੀ ਮੌਤ ਹੈ ਜਿਹੜੀ ਉਹ ਯਾਤਰਾ ਦੇ ਵਿੱਚ ਹਾਰਟ ਅਟੈਕ ਨਾਲ ਹੋਈ ਸੀ ਮੈਂ ਕਹਿੰਦਾ ਵੀ ਉਹ ਉਦੋਂ ਨਹੀਂ ਮਰੇ ਸੀ ਉਹਨਾਂ ਦੀ ਸੋਚ ਜਿੰਦਾ ਸੀ ਲੇਕਿਨ ਅੱਜ ਇਹਨਾਂ ਨੇ ਇਹ ਕਾਰਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਇਹ ਇਸ ਕਰਕੇ ਨਹੀਂ ਕਿ ਵੋਟਾਂ ਵਧਣਗੀਆਂ ਕਿ ਘਟਣਗੀਆਂ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਨਾਹੀ ਮੈਂ ਕਦੇ ਵੋਟਾਂ ਦੇ ਨਾਲ ਹਰ ਚੀਜ਼ ਨੂੰ ਤੋੜਦਾ ਹੈ ਚੌਧਰੀ ਪਰਵਾੜ ਦਾ ਨੁਕਸਾਨ ਹੋਊਗਾ ਜਾਂ ਨਹੀਂ ਪਰ ਕਾਂਗਰਸ ਨੂੰ ਜਲੰਧਰ ਤੋਂ ਉਸੇ ਦਿਨ ਦੂਜਾ ਨੁਕਸਾਨ ਹੋਇਆ ਗਾਂਧੀ ਪਰਵਾੜ ਦੇ ਨਜ਼ਦੀਕੀ 올 ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਦੇ ਸੈਨ ਜਾਰਜ ਤਜਿੰਦਰ ਸਿੰਘ ਬਿੱਟੂ ਵੀ ਕਰਮਜੀਤ ਕੌਰ ਦੇ ਨਾਲ ਬੀਜੇਪੀ ਵਿੱਚ ਸ਼ਾਮਲ ਹੋਗੇ ਟੜਕੇ ਹੀ ਉਹਨਾਂ ਨੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਸੀ ਬਿੱਟੂ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਸਿੱਖ ਪਾਈਚਾਰੇ ਤੇ ਪੰਜਾਬ ਲਈ ਬਹੁਤ ਵੱਡਾ ਯੋਗਦਾਨ ਕੀਤਾ ਹੈ ਅਸੀਂ ਵੀ ਕਹਿੰਦੇ ਉਹਨਾਂ ਨਾਲ ਮਿਲ ਕੇ ਪੰਜਾਬ ਦੇ ਵਿਕਾਸ 'ਚ ਯੋਗਦਾਨ ਪਾਉਣਾ ਚਾਹੁੰਦੇ ਹਾਂ ਬਿੱਟੂ 2002 ਵਿੱਚ ਜਲੰਧਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਣੇ ਸਨ ਪਿਛਲੇ 5 ਸਾਲਾਂ ਤੋਂ ਉਹ AICC ਦੇ ਸੱਤਰ ਸਨ ਸੋ ਕਾਂਗਰਸ ਦੇ ਦੋ ਬਿੱਟੂ ਹੁਣ BJP ਦੇ ਬਣ ਗਏ ਨੇ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਵੀ BJP 'ਚ ਐਂਟਰੀ ਮਾਰ ਚੁੱਕੇ ਨੇ ਨਾ ਹੀ ਨਹੀਂ ਜਲੰਧਰ ਤੋਂ ਕਾਂਗਰਸ ਦੇ ਸਾਬਕਾ ਐਮਪੀ ਮਹਿੰਦਰ ਸਿੰਘ ਕੇਪੀਵੀ ਜਲੰਧਰ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਨੇ ਉਹਨਾਂ ਨੇ ਆਪ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਦੀ ਤਸਦੀਕ ਕਰਦਿਆਂ ਦੱਸਿਆ ਕਿ ਇਸ ਵਾਰੀ ਚੋਣ ਲੜਨ ਦਾ ਚਾਹਵ ਨਹੀਂ ਆ ਮੇਰੀ ਪਤਨੀ ਪੀਜੀਐਚ ਵਿੱਚ ਦਾਖਲ ਹੈ ਇਸ ਵੇਲੇ ਮੈਂ ਪਾਰਟੀ ਨਹੀਂ ਬਦਲ ਸਕਦਾ ਤੇ ਦਿਲਚਸਪ ਗੱਲ ਇਹ ਹੈ ਕਿ ਮਹਿੰਦਰ ਸਿੰਘ ਕੇਪੀ ਦੀ ਧੀ ਕ੍ਰਿਸ਼ਮਾ ਨਵਿਆਸ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਪੁੱਤ ਜੇ ਮਨਰਾਜ ਸਿੰਘ ਨਾਲ ਹੋਇਆ ਹੈ ਜੇਕਰ ਕੇਪੀ ਚੰਨੀ ਦੇ ਖਿਲਾਫ ਅਕਾਲੀ ਦਲ ਦੀ ਟਿਕਟ ਤੋਂ ਖੜੇ ਹੁੰਦੇ ਨੇ ਤਾਂ ਇਹ ਦੋ ਪਰਿਵਾਰਾਂ ਦੀ ਸਿੱਧੀ ਲੜਾਈ ਬਣ ਜੂਗੀ ਖਬਰਾਂ ਵੀ ਨਹੀਂ ਕਿ ਕਾਂਗਰਸ ਨੇ ਦਰਸਨ ਕੇਪੀ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾ ਸਕਦੀ ਹੈ ਪਿਛਲੇ ਹਫਤੇ ਹਾਈ ਕਮਾਂਡ ਨਾਲ ਉਹਨਾਂ ਦੀ ਮੀਟਿੰਗ ਵੀ ਹੋਈ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖ ਭਾਈਚਾਰੇ ਨੂੰ ਲੈ ਕੇ ਵੱਡਾ ਬਿਆਨ ਆਇਆ ਹੈ ਮਹਾਰਾਸ਼ਟਰ ਦੇ ਨਾਂਂਦੇੜ ਵਿੱਚ ਚੋਣ ਪ੍ਰਚਾਰ ਦੌਰਾਨ 1984 ਨਸਲਕੁਸ਼ੀ ਨੂੰ ਲੈ ਕੇ ਪੀਐਮ ਨੇ ਕਾਂਗਰਸ ਤੇ ਤਿੱਖਾ ਹਮਲਾ ਕਰਦਿਆ ਕਿਹਾ ਕਿ ਕਾਂਗਰਸ ਹੁਣ ਵੀ ਸਿੱਖਾਂ ਤੋਂ 84 ਦਾ ਬਦਲਾ ਲੈ ਰਹੀ ਹੈ ਪਰ ਭਾਜਪਾ ਹਮੇਸ਼ਾ ਸਿੱਖਾਂ ਦੇ ਹੱਕ ਵਿੱਚ ਖੜੀ ਹੈ ਐਨਡੀਐਨ ਸਿੱਖ ਪਾਈ ਚਾਰੇ ਲਈ ਕਈ ਕੰਮ ਕੀਤੇ ਕਹਿੰਦੇ ਸਾਡੀ ਸਰਕਾਰ ਸਤਕਾਰ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਨੂੰ ਅਫਗਾਨਿਸਤਾਨ ਤੋਂ ਲੈ ਕੇ ਆਈ ਅਫਗਾਨਿਸਤਾਨ ਤੋਂ ਸਿੱਖ ਸ਼ਰਨਾਰਥੀਆਂ ਨੂੰ ਸਾਡੀ ਸਰਕਾਰ ਨੇ ਹੀ ਬਾਹਰ ਕੱਢਿਆ ਤੇ ਆਪਣੇ ਮੁਲਕ ਲਿਆ ਕੇ ਨਾਗਰਿਕਤਾ ਦਿੱਤੀ ਸਾਡੀ ਸਰਕਾਰ ਨੇ ਕਹਿੰਦੇ ਲੰਗਰ ਨੂੰ ਜੀਐਸਟੀ ਚੋਂ ਬਾਹਰ ਕੱਢਿਆ ਤੇ ਅਸੀਂ ਹੁਣ ਹੇਮਗੋਡ ਸਾਹਿਬ ਦੀ ਯਾਤਰਾ ਨੂੰ ਸੌਖਾ ਬਣਾਉਣ ਦੇ ਲਈ ਰੋਪਵੇ ਵੀ ਬਣਾ ਰਹੇ ਹਾਂ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਦੇ ਦੋ ਵੱਡੇ ਮੁੱਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਕੋਈ ਬਿਆਨ ਨਹੀਂ ਦਿੱਤਾ ਇਹ ہماری ਹੀ ਸਰਕਾਰ ਹੈ ਜੋ ਅਫਗਾਨਿਸਤਾਨ ਸੇ ਵहां ਜਬ ਸੰਕਟ ਆਇਆ ਨਿਰਦੋਸ਼ ਲੋਕਾਂ ਦੀ ਹੱਤਿਆ ਹੋਣੇ ਲੱਗੀ हमारे धर्मस्थानों पर हमले होने लगे तब अफगानिस्तान से गुरु ग्रंथ साहब के पवित्र स्वरूप को पूरी सुरक्षा और मान मर्यादा के साथ हम अफगानिस्तान से भारत ले आए ये हमारी ही सरकार है जो बंटवारे के पीड़ितों के लिए सीएए लेकर आई सीए ना होता तो हमारे सिखों भाई, भाई बहनों का क्या हुआ होता जो अफगानिस्तान से आए हैं उनका क्या गुनाह है लेकिन कांग्रेस इसका भी विरोध कर रही है ऐसा लगता है चौरासी का बदला कांग्रेस सिखों से अब तक ले रही है पीएम मोदी ने कल राहुल गांधी ते भी निशाना कि कांग्रेस का शहजादा हूं अमेठी तो बाद वायनाड भी हारेगा ਜਲੰਧਰ ਤੋਂ ਬਾਅਦ ਸੰਗਰੂਰ ਦੀ ਹੌਟ ਸੀਟ ਨੂੰ ਲੈ ਕੇ ਵੀ ਵੱਡੀ ਖਬਰ ਹੈ ਸੰਗਰੂਰ ਤੋਂ ਅਕਾਲੀ ਦਲ ਦੀ ਟਿਕਟ ਨਾ ਮਿਲਣ ਤੋਂ ਨਰਾਜ਼ ਢੀਂਸਾ ਪਿਓ ਪੁੱਤਰ ਨੇ ਵਰਕਰਾਂ ਨਾਲ ਮੀਟਿੰਗ ਕੀਤੀ ਜਿਸ ਤੋਂ ਬਾਅਦ ਢੀਂਸਾ ਨੇ ਇੱਕ ਪਾਸੇ ਕਿਹਾ ਕਿ ਸਾਡੇ ਵਰਕਰ ਟਿਕਟ ਨਾ ਮਿਲਣ ਤੋਂ ਨਰਾਜ਼ ਹਨ ਆਜ਼ਾਦ ਚੋਣ ਲੜਨ ਦੀ ਸਿਫਾਰਿਸ਼ ਕਰ ਰਹੇ ਨੇ ਪਰ ਦੂਸਰੇ ਪਾਸੇ ਕਿਹਾ ਕਿ ਮੈਂ ਅਕਾਲੀ ਸੀਟ ਤੇ ਅਕਾਲੀ ਰਹਾਂਗਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਪ੍ਰਚਾਰ ਕਰੋਗੇ ਤਾਂ ਉਹਨਾਂ ਨੇ ਸੇਤ ਦਾ ਹਵਾਲਾ ਦਿੰਦੇ ਹੋਏ ਨਾ ਕਰ ਦਿੱਤਾ ਜਦੋਂ ਪੁੱਤ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਚੁੰਨਾਂ ਦੇ ਪ੍ਰਚਾਰ ਵਿੱਚ ਸ਼ਾਮਲ ਹੋਣ ਵਾਲੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਦਾ ਜਵਾਬ ਪਰਮਿੰਦਰ ਹੀ ਦੇਵੇਗਾ ਪਰ ਐਨਾ ਜ਼ਰੂਰ ਕਿਹਾ ਕਿ ਉਹਨਾਂ ਦੇ ਸਮਰਥਕ ਪਾਰਟੀ ਵਰਕਰਾਂ ਨੇ ਸਪਸ਼ਟ ਕਰ ਦਿੱਤਾ ਅੱਜ ਕਿ ਉਹ ਇਕਬਾਲ ਸਿੰਘ ਚੁੰਨਾਂ ਚੁੰੰਦਾ ਦੇ ਨਾਲ ਬਿਲਕੁਲ ਨਹੀਂ ਚੱਲਣਗੇ ਟੀਨਸਾ ਨੇ ਇਹ ਵੀ ਕਿਹਾ ਕਿ ਚੁੰੰਦਾ ਜਿੱਥੇ ਕਿਤੇ ਵੀ ਪ੍ਰਚਾਰ ਲਈ ਗਏ ਸਾਡੇ ਵਰਕਰਾਂ ਨੂੰ ਬੁਲਾਇਆ ਹੀ ਨਹੀਂ ਤਿੰਨ ਦਿਨ ਪਹਿਲਾਂ ਗਾਲੀਦਾਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਵੀ ਟੀਮ ਸਾਡੇ ਘਰੇ ਉਹਨਾਂ ਨੂੰ ਮਨਾਉਣ ਪਹੁੰਚੇ ਸਨ ਪਰ ਹਾਲਾਤ ਠੀਕ ਨਹੀਂ ਜਾਪਦੇ ਉਧਰ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਢੀਂਸਾ ਨੇ ਪਾਰਟੀ ਦੇ ਉਮੀਦਵਾਰ ਨੂੰ ਕਬੂਲ ਕਰਨ ਵੱਲ ਇਸ਼ਾਰਾ ਕੀਤਾ ਉਹਨਾਂ ਕਿਹਾ ਜੋ ਕੁਝ ਹੋਇਆ ਮੈਂ ਉਹਦੇ ਵਿੱਚ ਜਾਣਾ ਨਹੀਂ ਚਾਹੁੰਦਾ ਸਾਡੇ ਬਿਆਨਾਂ ਨਾਲ ਦੂਸਰੀਆਂ ਪਾਰਟੀਆਂ ਨੂੰ ਮੌਕਾ ਮਿਲ ਜਾਂਦਾ ਅਸੀਂ ਉਹ ਕੰਮ ਨਹੀਂ ਕਰਨਾ ਚਾਹੁੰਦੇ ਜਿਸ ਦੇ ਨਾਲ ਅਕਾਲੀ ਦਲ ਕਮਜ਼ੋਰ ਹੋਵੇ ਅਸੀਂ ਅੱਜ ਵੀ ਉਸੇ ਸੋਚ ਨੂੰ ਲੈ ਕੇ ਖੜੇ ਹਾਂ ਕਿ ਅਕਾਲੀ ਦਲ ਇਕੱਠਾ ਹੋਣਾ ਚਾਹੀਦਾ ਜੋ ਕਿਸੇ ਨੇ ਕੀਤਾ ਉਹਦੀ ਮਰਜ਼ੀ ਪਰ ਅਸੀਂ ਅੱਜ ਵੀ ਉਸ ਸੋਚ ਤੇ ਖੜੇ ਆ ਜਿਹੜੀ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀ ਵੀ ਸ਼੍ਰੋਮਣੀ ਕਾਲੀ ਦਰ ਨੂੰ ਕਿਵੇਂ ਮਜ਼ਬੂਤ ਕਰੀਏ। ਬੋਲਾ ਫਿਰ ਜਿੰਦਾਬਾਦ। ਅਸੀਂ ਜਿੰਦਾਬਾਦ। ਅਸੀਂ ਜਿੰਦਾਬਾਦ। ਜਿੰਦਾਬਾਦ ਤੁਹਾਡੇ ਸਾਰਿਆਂ ਦੇ ਨਾਲ ਤੁਹਾਡੀਆਂ ਪਹਿਲੇ ਦਿਨੋਂ ਹੀ ਭਾਵਨਾ ਸਾਰਿਆਂ ਦੀ ਅਸੀਂ ਬਹੁਤ ਕੁਝ ਕਿਉਂਕਿ ਜਿਹੜਾ ਵਰਕਰ ਹੁੰਦਾ ਹੈ ਉਹ ਨੂੰ ਸਾਡੇ ਨਾਲ ਵੀ ਬੰਧਤ ਹੋ ਜਾਂਦਾ। ਇਸ ਕੋਈ ਨ ਹੋ ਰਹੀ। ਬਾਰੇ ਗੱਲ ਇਹ ਵੀ 23 ਵਾਰ ਆਪਾਂ ਭਾਵਨਾ ਦੇ ਵਿੱਚ ਬਹਿ ਕੇ ਕਈ ਵਾਰ ਐਸਾ ਫੈਸਲਾ ਕਿਉਂਕਿ ਕਾਲੀ ਦਲ ਨੇ ਆਪਾਂ ਸਾਰੇ ਕਾਲੀ ਦਲ ਕਰਕੇ ਕਿਸੇ ਵੀ ਕੋਈ ਦੂਰ ਹੈ ਸੋ ਇਸ ਲਈ ਸਾਰਿਆਂ ਨੇ ਅਸੀਂ ਜਦ ਮੀਟਿੰਗ ਕੀਤੀ ਸੀ ਚੰਡੀਗੜ੍ਹ ਉਹਨਾਂ ਦੇ ਵਿੱਚ ਵੀ ਬਹੁਤ ਨੇ ਬਹੁਤ ਗੱਲਾਂ ਕਹੀਆਂ ਪਰ ਫਿਰ ਆ ਕੇ ਨਹੀਂ ਫੈਸਲਾ ਲਿਆ ਵੀ ਚਲੋ ਆਪਾਂ ਨੂੰ ਜੋ ਕੁਝ ਹੋ ਰਿਹਾ ਠੀਕ ਹੈ ਸ਼ਾਇਦ ਪ੍ਰਮਾਤਮਾ ਨੂੰ ਇਹੀ ਮਨਜ਼ੂਰ ਸੀ ਪਰ ਆਪਾਂ ਘਰੇ ਬੈਠੇ ਆ ਆਪਦੀ ਜੇਲੀ ਪੰਤ ਪ੍ਰਸਤੀ ਸਾਨੂੰ ਕਿਸੇ ਨੂੰ ਸਬੂਤ ਦੇਣ ਦੀ ਲੋੜ ਨਹੀਂ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਅਸੀਂ ਆਪਣੇ ਘਰ ਬੈਠ ਕੇ ਇੱਜ਼ਤ ਦੇ ਨਾਲ ਅਸੀਂ ਆਪਣੇ ਘਰੇ ਬੈਠੇ ਆਂ ਸਾਨੂੰ ਕੋਈ ਕਿਸੇ ਤੋਂ ਕੋਈ ਨਾਤਾ ਸਾਨੂੰ ਕੋਈ ਬਹੁੜੀ ਆਸ ਰੱਖਣੀ ਹੈ ਕਿ ਸਾਨੂੰ ਕੋਈ ਕੁਝ ਦੇਵੇ ਤੇ ਨਾ ਹੀ ਅਸੀਂ ਕੋਈ ਐਸਾ ਚਾਹੁੰਦੇ ਆਂ ਵੀ ਕੋਈ ਕਿਸੇ ਦਾ ਇਹਨਾਂ ਹਾਲਾਤਾਂ ਦੇ ਵਿੱਚ ਆਕੀ ਦਾ ਨੁਕਸਾਨ ਹੋਵੇ ਸੋ ਦੋਵੇਂ ਢੀਂਸਾ ਪਿਓ ਪੁੱਤਰ ਹੁਣ ਵੀ ਆਪਣੇ ਬਿਆਨਾਂ ਨਾਲ ਦੁਬਿਧਾ ਹੀ ਪੈਦਾ ਕਰ ਰਹੇ ਨੇ ਕਿਉਂ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਇਕਬਾਲ ਸਿੰਘ ਲਈ ਪ੍ਰਚਾਰ ਕਰਨਗੇ ਜਾਂ ਨਹੀਂ ਜੋ ਪ੍ਰਚਾਰ ਤੋਂ ਦੂਰ ਰਹਿੰਦੇ ਨੇ ਤਾਂ ਵੀ ਇਸ ਨੂੰ ਬਗਾਵਤ ਹੀ ਮੰਨਿਆ ਜਾਵੇਗਾ ਫਿਲਹਾਲ ਟੀਮ ਸਾ ਥੋੜਾ ਇੰਤਜ਼ਾਰ ਕਰਨਾ ਚਾਹੁੰਦੇ ਲੱਗਦੇ ਨੇ ਪਟਿਆਲੇ ਦੀ ਹੌਟ ਸੀਟ ਤੇ ਵੀ ਕਾਂਗਰਸ ਦੀ ਬਗਾਵਤ ਹੈ ਜਿਹੜੀ ਉਹ ਲਗਾਤਾਰ ਵਧ ਹੀ ਰਹੀ ਹੈ ਇਸ ਸੀਟ ਤੋਂ ਡਾਕਟਰ ਤਰਮੀਂ ਗਾਂਦੇ ਨੂੰ ਟਿਕਟ ਦੇਣ ਤੋਂ ਬਾਅਦ ਕਾਂਗਰਸ ਦੇ ਵਿੱਚ ਰੌਲਾ ਪਿਆ ਹੋਇਆ ਰਾਜਪੁਰਾ ਵਿੱਚ ਟਕਸਾਲੀ ਕਾਂਗਰਸੀਆਂ ਦੀ ਮੀਟਿੰਗ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਵਿੰਦਰ ਸਿੰਘ ਰਾਜਵੜਿੰਗ ਸ਼ਾਮਲ ਹੋਏ ਸਾਬਕਾ ਵਿਧਾਇਕ ਹਰਦੇয়াল ਸਿੰਘ ਕੰਬੋਜ ਨੇ ਇਹ ਮੀਟਿੰਗ ਸੰਦਿ ਸੀ ਜਿਦੇ ਵਿੱਚ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਲਾਲ ਸਿੰਘ ਵੀ ਪਹੁੰਚੇ ਰਾਜਾ ਵੜਿੰਗ ਨੇ ਸਭ ਤੋਂ ਪਹਿਲਾਂ ਕਿਹਾ ਕਿ ਮੇਰੇ ਵੱਲੋਂ ਅਣਜਾਣੇ ਵਿੱਚ ਕਿਸੇ ਦਾ ਦਿਲ ਦੁਖਾਇਆ ਗਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੇ ਇਹ ਵੀ ਅਪੀਲ ਕੀਤੀ ਕਿ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਡਾਕਟਰ ਗਾਂਧੀ ਦਾ ਸਾਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਅੱਜ ਕਹਿੰਦੇ ਅਜਿਹੀ ਸਿਆਸਤ ਦੀ ਜ਼ਰੂਰਤ ਹੈ ਜੋ ਲਾਲਚ ਤੋਂ ਬਿਨਾ ਹੋਵੇ ਕੁਝ ਲੋਕ ਟਿੱਕਲੀ ਸਿਆਸੀ ਉਡਾਰੀਆਂ ਮਾਰ ਰਹੇ ਨੇ ਲੋਕ ਉਹਨਾਂ ਨੂੰ ਸਬਕ ਜ਼ਰੂਰ ਸਿਖਾਉਣਗੇ ਪਰ ਮੈਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਮੈਂ ਆਪਣੇ ਲੀਡਰ ਸਰਬਾਨਾਂ ਨੂੰ ਬੇਨਤੀ ਕਰਦਾ ਹਾਂ कि अगर कोई गुस्सा की होगी मेरे तुम या पार्टी को मैं इसलिए थोड़े तो हाथ छोड़ के खीमा मांगदां खीमा मांगदां ते नावी नाल मैं थोनू विनती करदां पार्टी दा प्रधान होण दे नाते अदरवाइज थोडा कद मेरे तो वड्डा है थोडा रुतबा मेरे नालों वड्डा है तह्नु ਗਾਂਗੀ ਪਰਿਵਾਰ ਮੇਰੇ ਨਾਲੋਂ ਵੱਧ ਪਿਆਰ ਕਰਦਾ ਮੈਂ ਬੇਨਤੀ ਕਰਦਾ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਕੋਜੋ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦਾ ਜੋ ਫੈਸਲਾ ਕਾਂਗਰਸ ਪਾਰਟੀ ਦਾ ਆਪਾਂ ਸਾਰੇ ਇਕੱਠੇ ਹੋ ਕੇ ਉਹਰੇ ਤੇ ਫੁੱਲ ਮੇਰੀ ਬੇਨਤੀ ਆ ਚੜਾ ਕੇ ਇੱਕ ਐਸਾ ਸਨੇਹਾ ਦੇਈਏ ਇਹ ਚ ਐਸਾ ਸਨੇਹਾ ਦੇਈਏ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਆਉਣ ਵਾਲੀਆਂ نسلਾਂ ਕਮ ਸੇ ਕਮ ਇਸ ਤਰੀਕੇ ਦੇ ਅੱਜ ਵਿਚਾਰਤਾ ਰਹੇ ਹੁਸ਼ਿਆਰਪੁਰ ਟਿਕਟ ਤੋਂ ਭਾਜੀਪੀ ਦੇ ਲਈ ਥੋੜੀ ਰਾਹਤ ਵਾਲੀ ਖਬਰ ਆਈ ਹੈ ਟਿਕਟ ਨਾਮ ਮਿਲਣ ਤੋਂ ਨਾਰਾਜ਼ ਵਿਜੇ ਸਾਂਪਲਾ ਕਹਿੰਦੇ ਮੰਨ ਗਏ ਲੱਗਦੇ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੂੰ ਮਨਾਉਣ ਲਈ ਉਹਨਾਂ ਦੇ ਘਰੇ ਪਹੁੰਚੇ ਢਾਈ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਜਾਖੜ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਸਾਂਪਲਾ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾਊਗੀ ਸਿਰਫ ਇੰਨਾ ਹੀ ਨਹੀਂ ਜਾਖੜ ਨੇ ਇਹ ਵੀ ਕਿਹਾ ਕਿ ਹੁਸ਼ਿਆਰਪੁਰ ਦੀ ਜਿੱਤ ਵਿੱਚ ਵੀ ਸਾਂਪਲਾ ਅਹਿਮ ਜ਼ਿੰਮੇਵਾਰੀ ਨਿਭਾਉਣਗੇ ਸੁਨੀਲ ਜਾਖੜ ਨਾਲ ਮੀਟਿੰਗ ਤੋਂ ਬਾਅਦ ਵਿਜੇ ਸਾਮਪਲਾਨ ਨੇ ਵੀ ਭਾਜਪਾ ਦੇ ਵਿੱਚ ਰਹਿਣ ਦਾ ਫੈਸਲਾ ਲਿਆ ਹੈ ਹਾਲਾਂਕਿ ਹੁਸ਼ਿਆਰਪੁਰ ਤੋਂ ਦੂਸਰੀ ਵਾਰੀ ਟਿਕਟ ਨਾ ਮਿਲਣ ਤੋਂ ਬਾਅਦ ਉਹਨਾਂ ਨੇ ਆਪਣੇ ਖਾਤੇ ਰਾਹੀਂ ਮੋਦੀ ਕਾ ਪਰਿਵਾਰ ਦਾ ਟੈਗ ਹਟਾ ਦਿੱਤਾ ਸੀ ਅਤੇ ਇੱਕ ਟਵੀਟ ਵੀ ਇੱਕ ਬਿਆਨ ਵੀ ਟਵੀਟ ਦੇ ਜ਼ਰੀਏ ਦਿੱਤਾ ਸੀ ਪਹਿਲਾਂ ਉਹਨਾਂ ਦੇ ਕਾਂਗਰਸ 'ਚ ਜਾਣ ਦੀ ਚਰਚਾ ਹੋਣ ਲੱਗੀ ਸੀ ਫਿਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨਾਲ ਮੀਟਿੰਗ ਵੀ ਹੋਈ ਪਰ ਆਖਿਰਕਾਰ ਬੀਜੇਪੀ ਨੇ ਉਹਨਾਂ ਨੂੰ ਸਾਂਭ ਹੀ ਲਿਆ। ਸੰਗਰੂਰ ਸੀਟ ਤੋਂ ਇੱਕ ਹੋਰ ਖਬਰ ਮਿਲੀ ਹੈ ਪੰਜਾਬ ਬੀਜੇਪੀ ਦੇ ਉਮੀਦਵਾਰਾਂ ਦੀ ਤੀਸਰੀ ਸੂਚੀ ਇੱਥੋਂ ਛੇਤੀ ਹੋਣ ਵਾਲੀ ਹੈ ਆਉਣ ਵਾਲੀ ਹੈ ਤੇ ਸੰਗਰੂਰ ਤੋਂ ਕੇਵਲ ਸਿੰਘ ਢਿੱਲੋਂ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਦਾ ਨਾਮ ਮੂਹਰੇ ਚੱਲ ਰਿਹਾ ਹੈ ਪਰ ਸੂਤਰਾਂ ਮੁਤਾਬਕ ਅਰਵਿੰਦ ਖੰਨਾ ਦੇ ਨਾਮ ਤੇ ਮੋਹਰ ਲੱਗ ਗਈ ਹੈ। ਪਾਰਟੀ ਨੇ ਹਲਕੇ ਦੇ 40% ਹਿੰਦੂ ਵੋਟਰਾਂ ਨੂੰ ਦੇਖਦੇ ਹੋਏ ਹਿੰਦੂ ਚਿਹਰਾ ਮੋਹਰੇ ਲਿਆਂਦਾ ਹੈ ਜਾਂ ਫਿਰ ਲਿਆਉਂਦਾ ਫੈਸਲਾ ਲੈ 2022 ਦੀ ਜ਼ਿਮਨੀ ਚੋਣ ਕੇਵਲ ਸਿੰਘ ਢਿਲੋਂ ਨਾਲ ਲੜੇ ਸਨ ਪਰ ਉਹ ਹਾਰ ਗਏ ਸਨ ਅਰਵਿੰਦ ਖੰਨਾ ਨੇ ਤੀਸਰੀ ਵਾਰੀ ਪਾਰਟੀ ਬਦਲੀ ਹੈ ਪਹਿਲਾਂ ਕਾਲੀਦਾਲ ਵਿੱਚ ਸਨ ਫਿਰ ਕਾਂਗਰਸ ਵਿੱਚ ਗਏ ਤੇ ਹੁਣ ਬੀਜੇਪੀ ਦੇ ਵਿੱਚ ਛਾਲ ਮਾਰੀ ਹੈ ਜੇ ਅਰਵਿੰਦ ਖੰਨਾ ਨੂੰ ਟਿਕਟ ਮਿਲਦੀ ਹੈ ਤਾਂ ਉਹਨਾਂ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਮਰੀ ਸਰ ਦੇ ਮੌਜੂਦਾ ਐਮਪੀ ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਠੇਰ ਕਾਂਗਰਸ ਦੇ ਸੁਪਾਲ ਸਿੰਘ ਖੇੜਾ ਤੇ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੁੰਦਾ ਦੇ ਨਾਲ ਹੋਵੇਗਾ ਖੰਨਾ ਧੂਰੀ ਅਤੇ ਸੰਗਰੂਤ ਤੋਂ ਵਿਧਾਇਕ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਵੀ ਹਨ ਉਹਨਾਂ ਵੱਲੋਂ ਸਮਾਜ ਦੇ ਦੋ ਖਾਸ ਵਰਗਾਂ ਖਿਲਾਫ ਕੀਤੀਆਂ ਜਾਤੀ ਟਿੱਪਣੀਆਂ ਦੇ ਦੋਸ਼ ਸਹੀ ਸਿੱਧ ਹੋਏ ਨੇ ਦਰਅਸਲ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਨੇ ਤਰਨਤਾਰਨ ਦੇ ਰਿਟਰਨਿੰਗ ਅਫਸਰ ਸੰਦੀਪ ਕੁਮਾਰ ਤੋਂ ਮਿਲੀ ਰਿਪੋਰਟ ਅਗਲੀ ਕਾਰਵਾਈ ਲਈ ਭਾਰਤ ਦੇ ਮੁੱਖ ਚੋਣ ਅਫਸਰ ਨੂੰ ਭੇਜ ਦਿੱਤੀ ਹੈ ਸਿਬਨ ਸੀ ਨੇ ਦੱਸਿਆ ਕਿ ਰਿਟਰਨਿੰਗ ਅਧਿਕਾਰੀ ਨੇ ਆਪਣੀ ਰਿਪੋਰਟ ਚ ਖੁਲਾਸਾ ਕੀਤਾ ਹੈ ਕਿ ਆਪ ਦੇ ਉਮੀਦਵਾਰ ਲਾਲਜੀਤ ਭੁੱਲਰ ਨੇ ਨਾ ਸਿਰ ਉਫਰ ਕੇ ਅੰਖੇ ਲਾਫੋ ਨਫਰਤ ਵਾਲੀ ਭਾਸ਼ਾ ਵੀ ਵਰਤੀ ਸਿਬਨ ਸੀ ਮੁਤਾਬਕ ਰਟਰਨਿੰਗ ਅਧਿਕਾਰੀ ਤੋਂ ਮਿਲੀ ਰਿਪੋਰਟ ਹੁਣ ਕਮਿਸ਼ਨ ਨੂੰ ਕਾਰਵਾਈ ਲਈ ਭੇਜ ਦਿੱਤੀ ਗਈ ਹੈ ਆਖਰੀ ਫੈਸਲਾ ਕਮਿਸ਼ਨ ਹੀ ਲਵੇਗਾ ਦਰਅਸਲ ਇੱਕ ਸਮਾਗਮ ਦੌਰਾਨ ਕੈਬਨਿਟ ਮੰਤਰੀ ਤੇ ਖਡੂਰ ਸਾਹਿਬ ਤੋਂ ਆਪ ਉਮੀਦਵਾਰ ਭੁੱਲਰ ਨੇ ਪੱਟੀ ਤੋਂ ਕਾਂਗਰਸ ਦੇ ਸਾਬਕਾ ਦਾਾਇਕ ਹਰਮਿੰਦਰ ਸਿੰਘ ਗਿੱਲ ਤੇ ਤੋਂਤਾਂ ਦੀ ਵਾਛੜ ਕਰਦੇ ਹੋਏ ਪਿਛੜੀਆਂ ਸ਼੍ਰੇਣੀਆਂ ਵਰਗਾਂ ਨਾਲ ਸੰਬੰਧਿਤ ਦੋ ਵੱਡੇ ਭਾਈਚਾਰਿਆਂ ਤੇ ਤਿੱਖੇ ਤੇ ਪੱਦੇ ਹਮਲੇ ਬੋਲੇ ਸਨ। ਕਾਲੀ ਦਲ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਗਿੱਲ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ ਕਿ ਭੁੱਲਰ ਨੇ ਸੁਨਿਆਰੇ ਤੇ ਰਾਮਗੜੀਆ ਭਾਈਚਾਰੇ ਬਾਰੇ ਗਲਤ ਸ਼ਬਦਾਵਲੀ ਵਰਤੀਆ। ਹਾਲਾਂਕਿ ਭੁੱਲਰ ਨੇ ਮਾਫੀ ਵੀ ਮੰਗੀ ਸੀ ਪਰ ਚੋਣ ਕਮਿਸ਼ਨ ਸ਼ਾਇਦ ਇਸ ਮਾਫੀ ਨੂੰ ਨਾ ਮੰਨੇ। ਪੰਜਾਬ 'ਚ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਵੀ ਲਗਾਤਾਰ ਹੋ ਰਿਹਾ ਹੈ। ਐਮਪੀ ਬਲਵੀਰ ਸਿੰਘ ਸੀਚੇਵਾਲ ਨੇ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਦਿੱਲੀ 'ਚ ਮੁਲਾਕਾਤ ਕੀਤੀ ਇਸ ਮੌਕੇ ਰਾਜ ਸਭਾ ਐਮਪੀ ਸੰਜੇ ਸਿੰਘ ਵੀ ਸ਼ਾਮਲ ਸਨ ਮੁਲਾਕਾਤ ਦੌਰਾਨ ਕੀ ਗੱਲਬਾਤ ਹੋਈ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਪਰ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਕਈ ਰਾਜ ਸਭਾ ਐਮਪੀਸ ਨੇ ਉਹਨਾਂ ਦੀ ਹਮਾਇਤ ਵਿੱਚ ਕੋਈ ਬਿਆਨ ਨਹੀਂ ਦਿੱਤਾ ਸੀ ਨਾ ਹੀ ਸੋਸ਼ਲ ਮੀਡੀਆ ਤੇ ਕੇਜਰੀਵਾਲ ਦੀ ਮੁਹਿੰਮ ਨਾਲ ਜੁੜੇ ਤੇ ਹੁਣ ਪਾਰਟੀ ਨੇ ਲੱਗਦਾ ਨਵੀਂ ਰਣਨੀਤੀ ਬਣਾਈ ਹੈ ਕੱਲੇ ਕੱਲੇ ਐਮਪੀ ਦੀ ਸੁਨੀਤਾ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਵਾਈ ਜਾ ਰਹੀ ਹੈ ਅਜਿਹਾ ਕਰਕੇ ਸ਼ਾਇਦ ਪਾਰਟੀ ਇਹ ਦਿਖਾਉਣਾ ਚਾਹੁੰਦੀ ਹੈ ਕਿ ਸਾਰੇ ਐਮਪੀ ਪਾਰਟੀ ਦੇ ਨਾਲ ਖੜੇ ਹਨ ਸਿਚੇਵਾਲ ਤੋਂ ਪਹਿਲਾਂ ਹੋਰ ਕਈ ਪਾਰਲੀਮੈਂਟ ਮੈਂਬਰਾਂ ਦੀਆਂ ਸੁਨੀਤਾ ਕੇਜੀਵਾਲ ਨਾਲ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਉਧਰ ਹੁਸ਼ਿਆਰਪੁਰ ਤੋਂ ਵਿਜੇ ਸਾੰਪਲਾ ਤਾਂ ਕਾਲੀ ਦਲ ਦੇ ਵਿੱਚ ਆਉਣ ਨੂੰ ਨਹੀਂ ਮੰਨੇ ਬੀਜੇਪੀ ਨੇ ਉਹਨਾਂ ਨੂੰ ਸਾਂਭ ਲਿਆ ਪਰ ਹੁਸ਼ਿਆਰਪੁਰ ਤੋਂ ਬੀਜੇਪੀ ਦੇ ਇੱਕ ਹੋਰ ਦਿੱਗਜ ਲੀਡਰ ਸੰਜੀਵ ਤਲਵਾਰ ਤੇ ਉਹਨਾਂ ਦੀ ਪਤਨੀ ਨੀਤੀ ਤਲਵਾਰ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਸ਼੍ਰੋਮਣੀ ਕਾਲੀ ਦਲ ਪ੍ਰਧਾਨ ਸੁਭੀਰ ਬਾਦਲ ਨੇ ਖੁਦ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਦੋਨੇ ਪਤੀ ਪਤਨੀ ਨੇ ਮਹੀਨਾ ਪਹਿਲਾਂ ਹੀ ਬੀਜੇਪੀ ਛੱਡੀ ਸੀ ਉਦੋਂ ਹੀ ਲੱਗ ਰਿਹਾ ਸੀ ਕਿ ਇਹ ਕਾਲੀ ਦਲ ਦੇ ਵਿੱਚ ਜਾ ਸਕਦੇ ਨੇ ਸੰਜੀਵ ਤਲ ਹੇਣ ਚੋਣਾਂ ਦੇ ਇਸ ਭਖੇ ਮਾਹੌਲ ਦੇ ਵਿੱਚ ਵਿਰੋਧੀ ਪਾਰਟੀਆਂ ਲਗਾਤਾਰ 77 ਦਿਨ 99 ਵੀ ਸਾਧ ਰਹੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਨੇ ਇੱਕ ਅਖਬਾਰ ਦੀ ਤਸਵੀਰ ਸਾਂਝੀ ਕਰਕੇ ਦਾਵਾ ਕੀਤਾ ਕਿ ਮੁਲਾਜ਼ਮਾਂ ਨੂੰ ਸਰਕਾਰ ਨੇ ਹਾਲੇ ਤੱਕ ਤਨਖਾਹ ਨਹੀਂ ਦਿੱਤੀ ਇਸ਼ਤਿਹਾਨਾਂ ਤੇ ਕਰੋੜਾਂ ਰੁਪਈਆ ਖਰਚਾ ਜਾ ਰਿਹਾ ਹੈ ਪ੍ਰਾਈਵੇਟ ਜੈਟ ਤੇ ਸੀਐਮ ਸੈਰ ਕਰ ਰਹੇ ਨੇ ਪਰ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਸੁਖਬੀਰ ਬਾਦਲ ਪੁੱਛਦੇ ਨੇ ਕਿ ਤੁਹਾਡੇ ਕੋਲ ਪੈਸਾ ਕਿਉਂ ਨਹੀਂ ਹੈ ਆਮ ਆਦਮੀ ਪਾਰਟੀ ਦੇ ਕਲੀਨਿਕ ਦੇ ਮੁਲਾਜ਼ਮ ਵੀ ਮਾਰਚ ਮਹੀਨੇ ਦੀ ਤਨਖਾਹ ਉਡੀਕ ਰਹੇ ਨੇ ਹੁਣ ਕਹਿੰਦੇ ਸਮਾਂ ਆ ਗਿਆ ਕਿ ਇਸ ਭ੍ਰਿਸ਼ਟ ਸਰਕਾਰ ਨੂੰ ਹਟਾਇਆ ਜਾਵੇ ਉਧਰ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਪ੍ਰਚਾਰ ਤੇਜ਼ ਕਰ ਦਿੱਤਾ ਉਹਨਾਂ ਨੇ ਆਪਣੇ ਟਵਿੱਟਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬੱਦਲਵੜ ਦੇ ਸਰਪੰਚ ਸਵਰਾਜ ਸਿੰਘ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਇੱਕ ਦਿਨ ਪਹਿਲਾਂ ਖੈਰਾ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਸੰਗਰੂਰ ਤੋਂ ਚੋਣ ਲੜਨ ਲਈ ਮਜਬੂਰ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਦੇ ਵਿੱਚ ਪਾਰਟੀ ਦੇ ਉਮੀਦਵਾਰ ਰਾਜਕੁਮਾਰ ਚੱਬੇਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 13 ਦੇ 13 MP ਨੂੰ ਜਿਤਾ ਕੇ ਭੇਜਣ ਤਾਂ ਕਿ ਕੇਂਦਰ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਹੱਕ ਲੈ ਸਕੇ। ਪਿਛਲੇ 2 ਸਾਲਾਂ ਵਿੱਚ ਕਹਿੰਦੇ ਅਸੀਂ ਤੇਜ਼ੀ ਨਾਲ ਵਿਕਾਸ ਕੀਤਾ ਸਾਡੀ ਸਰਕਾਰ ਨੇ ਨੌਜਵਾਨਾਂ ਨੂੰ ਬਿਨਾਂ ਸਿਫਾਰਿਸ਼ ਨੌਕਰੀਆਂ ਵੀ ਦਿੱਤੀਆਂ। ਇੱਕ ਥੋੜਾ ਜਿਹਾ ਤੁਹਾਡੇ ਤੋਂ ਸਹਿਯੋਗ ਮੰਗਣਾ ਹੈ ਅੱਜ। ਕਿ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਸੈਂਟਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਆਪਣੇ ਪੈਸੇ ਰੱਖ ਜਾਂਦੇ ਪੈਸੇ ਦੱਬ ਜਾਂਦੇ ਸਾਢੇ 5000 ਕਰੋੜ ਤਾਂ ਰੂਰਲ ਡਿਵੈਲਪਮੈਂਟ ਫੰਡ ਦਾ ਪਿਆ ਹੈ ਪੈਸੇ ਨਹੀਂ ਦਿੰਦੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਰੋਕ ਕੇ ਰੱਖਿਆ ਹੈ 8000 ਕਰੋੜ ਰੁਪਏ ਰੋਕ ਕੇ ਰੱਖਿਆ ਹੈ ਇਕੱਲੇ ਨੂੰ ਲੜਨਾ ਪੈ ਰਿਹਾ ਸੈਂਟਰ ਨਾਲ ਇਕੱਲੇ ਨੂੰ ਲੜਨਾ ਪੈ ਰਿਹਾ ਸੁਪਰੀਮ ਕੋਰਟ ਚ ਇਕੱਲੇ ਨੂੰ ਲੜਨਾ ਪੈ ਰਿਹਾ ਗਵਰਨਰ ਨਾਲ ਲੜ ਰਿਆਂ ਤੁਹਾਡਾ ਪਿਆਰ ਹੈਗਾ ਮੇਰੇ ਨਾਲ ਥੱਕਣ ਨਹੀਂ ਦਿੰਦਾ ਨਾ ਹੀ ਲੜਾਈ ਤੋਂ ਭੱਜਾਂ ਭਾਜਪਾ ਸਮਾਜ ਪਾਰਟੀ ਨੇ ਪੰਜਾਬ ਦੇ ਵਿੱਚ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੋਹਾਨ ਤੇ ਗੁਰਦਾਸਪੁਰ ਤੋਂ ਇੰਜੀਨੀਅਰ ਰਾਜਕੁਮਾਰ ਮਜੂਤਰਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੇਂ ਸਿੱਖਾਂ ਦੇ ਹੱਕ ਦੇ ਵਿੱਚ ਵੱਡੇ ਬਿਆਨ ਦਿੰਦੇ ਦਿਖਾਈ ਦੇ ਰਹੇ ਨੇ ਚੋਣਾਂ ਦੇ ਮੌਸਮ ਦੇ ਦੌਰਾਨ ਪਰ ਪੰਜਾਬ ਦੇ ਵਿੱਚ 72 ਘੰਟਿਆਂ ਦੇ ਅੰਦਰ ਬੇਅਤਬੀ ਦੀ ਦੂਸਰੀ ਵੱਡੀ ਘਟਨਾ ਵਾਪਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਖਤੀ ਦੇ ਬਾਵਜੂਦ ਵੀ ਪੰਜਾਬ 'ਚ ਬੇਅਦਬੀਆਂ ਕਿੰਨੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਹਲਕਾ ਕਨੌਰ ਦੇ ਪਿੰਡ ਸੰਜਰਪੁਰ ਦੇ ਵਿੱਚ ਪਿੰਡ ਦੇ ਹੀ ਇੱਕ ਵਿਅਕਤੀ ਨੇ ਗੁਟਕਾ ਸਾਹਿਬ ਦੇ ਅੰਗ ਫਾੜ ਦਿੱਤੇ ਤੇ ਫਿਰ ਅੰਗਾਂ ਨੂੰ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਘਰਾਂ ਦੇ ਬਾਹਰ ਸੁੱਟ ਦਿੱਤਾ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਕਟਨਾ ਦੀ ਸੂਚਨਾ ਮਿਲਣ ਤੇ ਥਾਣਾ ਕਨੌਰ ਦੇ ਐਸਐਚਓ ਜਗਜੀਤ ਸਿੰਘ ਤੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਗੁਰੂ ਘਰ ਦੇ ਦੋਖੀ ਨੂੰ ਕਾਬੂ ਵੀ ਕਰ ਲਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਸੰਝਰਪੁਰ ਵਿੱਚ 2:30 ਵਜੇ ਦੇ ਕਰੀਬ ਪਿੰਡ ਦੇ ਹੀ ਨਰਿੰਦਰ ਸਿੰਘ ਨੇ ਗੁਟਕਾ ਸਾਹਿਬ ਜਿਨ੍ਹਾਂ ਦੇ ਵਿੱਚ ਬਿਰਦ ਗੁਟਕਾ ਸਾਹਿਬ ਵੀ ਮੌਜੂਦ ਸਨ Hindu ਮਤ ਦੀਆਂ ਧਾਰਮਿਕ ਪੁਸਤਕਾਂ ਵੀ ਸਨ ਉਹਨਾਂ ਸਾਰਿਆਂ ਦੀ ਬੇਅਦਬੀ ਕਰਕੇ ਪਿੰਡ ਦੇ ਸਰਪੰਚ ਜੋਤ ਸਿੰਘ ਤੇ ਜਿੰਦਰ ਸਿੰਘ ਦੇ ਡੰਗਰਾਂ ਵਾਲੇ ਘਰ ਅਜੈਬ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਨਾਲੀਆਂ ਵਿੱਚ ਸੁੱਟ ਦਿੱਤਾ ਇਸ ਸੰਬੰਧ ਭਾਗੀ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਰੋਸ ਦੀ ਲਹਿਰ ਹੈ ਸਿੱਖ ਭਾਈਚਾਰੇ ਦੇ ਹਰ ਦੇ ਫੇਰ ਵਲਉਂਦਰੇ ਗਏ ਹਨ ਤੇ 48 ਘੰਟਿਆਂ ਦੇ ਵਿੱਚ ਪੰਜਾਬ ਚ ਦੋ ਵੱਡੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਉਸ ਨੇ ਜ਼ਾਹਿਰ ਤੌਰ ਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੰਨੀ ਰਗਵੀਰ ਸਿੰਘ ਨੇ ਹੁਸ਼ਿਆਰਪੁਰ ਦੇ ਪਿੰਡ ਪੋਤਾ ਚੀਮਾ ਦੇ ਵਿੱਚ ਪਿਛਲੇ ਕੁਝ ਘੰਟੇ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਪਰੀ ਬਿਆਦਬੀ ਦੀ ਘਟਨਾ ਦਾ ਨੋਟਿਸ ਲੈਂਦਿਆਂ ਸਾਰੇ ਗੁਰਦੁਆਰਾ ਪ੍ਰਬੰਧਕਾਂ, ਗ੍ਰੰਥੀ ਸਿੰਘਾਂ ਤੇ ਸੇਵਾਦਾਰਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਨੂੰ ਕਾਇਮ ਰੱਖਣ ਲਈ ਹਰੇਕ ਗੁਰੂ ਘਰ ਦੇ ਵਿੱਚ 24 ਘੰਟੇ ਪਹਿਰੇਦਾਰੀ ਦੇ ਤਾ ਪ੍ਰਬੰਧ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਸਨ ਉਹਨਾਂ 'ਨਾਂ ਤਾੜਨਾ ਕੀਤੀ ਕਿ ਭਵਿਕ ਵਿੱਚ ਬੇਅਦਬੀ ਵਰਗੀ ਮਾੜੀ ਘਟਨਾ ਲਈ ਗੁਰਦੁਆਰਾ ਪ੍ਰਬੰਧਕ ਤੇ ਗ੍ਰੰਥੀ ਸਿੰਘ ਵੀ ਜ਼ਿੰਮੇਦਾਰ ਹੋਣਗੇ ਸਿੱਖ ਰਵਾਇਤਾਂ ਮੁਤਾਬਿਕ ਸਖਤ ਧਾਰਮਿਕ ਸਜ਼ਾ ਦਿੱਤੀ ਜਾਊਗੀ। ਮੋਗਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕੱਲ ਮਾਨਹਾਨੀ ਕੇਸ ਦੇ ਵਿੱਚ ਰਾਧਿਕਾ ਲਖੀ ਜੁਡੀਸ਼ੀਅਲ ਮੈਜਿਸਟ੍ਰੇਟ ਦਰਜੀ ਪਹਿਲੀ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ। ਇਸ ਮਾਮਲੇ ਦੀ ਅਗਲੀ ਪੇਸ਼ੀ 3 ਮਈ ਨੂੰ ਤੈਅ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ ਅਦਾਲਤ ਨੇ ਵਿਧਾਇਕਾ ਦੀ ਜ਼ਮਾਨਤ ਵੀ ਮਨਜ਼ੂਰ ਕਰ ਕ੍ਰੈਂਟ ਜਾਰੀ ਕਰਕੇ ਉਸਨੂੰ 30 ਮਈ ਤੱਕ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਵਿਧਾਇਕਾ ਅਮਨਦੀਪ ਅਰੋੜਾ ਨੇ ਕੁਛੇ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਇੱਕ ਨੌਜਵਾਨ ਖਿਲਾਫ ਨਿੱਜੀ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਸੰਦੀਪ ਕੌਰ ਬਰਾੜ ਨੂੰ ਉਸਦੇ ਫਰਜ਼ੀ ਪੀਏ ਬਣ ਕੇ ਧਮਕੀ ਦੇਣ ਦੇ ਦੋਸ਼ ਲਾਏ ਸਨ ਵਿਧਾਇਕਾ ਮੁਤਾਬਕ ਪ੍ਰਿੰਸੀਪਲ ਨੇ ਉਸਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ਸੀ ਤੇ ਸ਼ਿਕਾਇਤ ਵਿੱਚ ਨੌਜਵਾਨ ਦਾ ਰੋਲ ਨੰਬਰ 20 ਦਿੱਤਾ ਗਿਆ ਸੀ ਇਸ ਸ਼ਖਸ ਖਿਲਾਫ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਗਈ ਪਰ ਸਤਨਾਮ ਸਿੰਘ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਸਥਾਨਕ ਅਦਾਲਤ ਵਿੱਚ ਵਿਧਾਇ

ਉਦੋਂ ਭਾਰਤ ਦੇ ਵਿੱਚ ਜਿੱਥੇ ਵੋਟਾਂ ਪਾਉਣ ਦਾ ਅਮਲ ਸ਼ੁਰੂ ਹੋ ਚੁੱਕਿਆ 10 ਅਪ੍ਰੈਲ ਤੋਂ ਕੈਨੇਡਾ ਅਮਰੀਕਾ ਸਣੇ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਰਹਿੰਦੇ ਲਗਭਗ 13,50,000 ਪ੍ਰਵਾਸੀ ਵੀ ਵੋਟ ਪਾਉਣ ਦਾ ਹੱਕ ਰੱਖਦੇ ਨੇ ਜਿਹੜੇ ਭਾਰਤ ਦੇ ਜਮਹੂਰੀ ਚੋਣ ਅਮਲ ਦੇ ਵਿੱਚ ਹਿੱਸਾ ਵੀ ਲੈਣਾ ਚਾਹੁੰਦੇ ਨੇ ਯਾਨੀ ਕਿ ਕੈਨੇਡਾ ਵਸਦੇ ਹਜ਼ਾਰਾਂ ਭਾਰਤੀ ਵੋਟਾਂ ਪਾਉਣ ਦੇ ਇੱਛੁਕ ਨੇ ਸੀਟੀਵੀ ਦੀ ਰਿਪੋਰਟ ਮੁਤਾਬਕ ਔਟਵਾ ਦੇ ਇੱਕ ਕਮਿਊਨਿਟੀ ਗਰੁੱਪ ਦੇ ਪ੍ਰਧਾਨ ਪ੍ਰਮੋਦ ਛਾਬੜਾ ਨੇ ਕਿਹਾ ਕਿ ਭਾਰਤੀ ਸਿਆਸਤ ਵਿੱਚ ਉਹਨਾਂ ਨੂੰ ਕਾਫੀ ਦਿਲਚਸਪੀ ਹੈ ਪਰ ਆਉਣ ਜਾਣ ਵਿੱਚ ਲੱਗਣ ਵਾਲਾ ਸਮਾਂ ਅਤੇ ਪੈਸ ਕਾਸ ਪ੍ਰਬੰਧ ਕੀਤਾ ਗਿਆ ਹੈ ਕੈਨੇਡਾ ਜਾਂ ਦੁਨੀਆ ਦੇ ਕਿਸੇ ਵੀ ਮੁਲਕ ਚ ਰਹਿੰਦੇ ਫਿਲੀਪਾਈਨ ਨੇ ਫਿਲੀਪੀਨਸ ਲੋਕ ਐਮਬੈਸੀ ਜਾਂ ਕੌਂਸਲੇਟ ਵਿੱਚ ਜਾ ਕੇ ਆਪਣੀਆਂ ਵੋਟਾਂ ਪਾ ਸਕਦੇ ਨੇ ਚੰਡੀਗੜ੍ਹ ਕਾਂਗਰਸ ਦੇ ਬਲਾਕ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਦਿਵਾੜੀ ਦੀਆਂ ਮੁਸ਼ਕਲਾਂ ਘਟਣ ਦੀ ਥਾਂ ਲਗਾਤਾਰ ਵੱਧ ਰਹੀਆਂ ਨੇ ਕਾਂਗਰਸ ਪਾਰਟੀ ਦੇ ਆਪਣੇ ਵਰਕਰ ਹੀ ਨਿੱਤ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਰਹੇ ਨੇ ਕੱਲ ਚੰਡੀਗੜ੍ਹ ਦੇ ਵਾਰਡ ਨੰਬਰ 15 ਤੋਂ ਬਲਾਕ ਪ੍ਰਧਾਨ 우ਮਾ ਸ਼ੰਕਰ ਯਾਦਵ ਨੇ ਆਪਣੇ ਸਮਰਥਕਾਂ ਸਣੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਉਨ੍ਹਾਂ ਦੇ ਨਾਲ ਹੋਰਨਾ ਆਗੂਆਂ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਪ੍ਰਚਾਰ ਕਰਨ ਤੋਂ ਵੀ ਅਸਹਿਮਤੀ ਪ੍ਰਗਟਾਈ। ਅੰਮ੍ਰਿਤਸਰ ਦੇ ਵਿੱਚ ਮਾਮੂਲੀ ਘਰੇਲੂ ਝਗੜੇ ਕਾਰਨ ਪਤੀ ਨੇ ਆਪਣੀ ਗਰਭਵਤੀ ਪਤਨੀ ਨੂੰ ਹੀ ਜਿਉਂਦੇ ਨੂੰ ਖਤਮ ਕਰ ਦਿੱਤਾ। ਉਸ ਦੇ ਪੇਟ ਵਿੱਚ ਜੁੜਵਾ ਬੱਚੇ ਸਨ। ਦੋਸ਼ੀ ਪਤੀ ਨੇ ਆਪਣੀ ਪਤਨੀ ਨੂੰ ਸਾੜਨ ਤੋਂ ਪਹਿਲਾਂ ਮੰਝੇ ਨਾਲ ਬੰਨ੍ਹਿਆ ਤਾਂ ਜੋ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵੀ ਨਾ ਕਰ ਸਕੇ। ਜਾਨ ਗਵਾਉਣ ਵਾਲੀ ਔਰਤ ਦੀ ਪਛਾਣ 23 ਸਾਲ ਦੀ ਪਿੰਕੀ ਵਜੋਂ ਹੋਈ ਹੈ ਜਦਕਿ ਪਤੀ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਘਟਨਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਹਰਿਆਣਾ ਦੇ ਬਾਲਾ ਕੈਂਟ ਤੋਂ ਇੱਕ ਫੌਜੀ ਦੇ ਸ਼ੱਕੀ ਹਾਲਤ ਵਿੱਚ ਲਾਪਤਾ ਹੋਣ ਦੀ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ ਜਵਾਨ 25 ਫਰਵਰੀ ਨੂੰ ਹੀ ਦੋ ਕੌਪਸਮ ਵਾਲਾ ਕੈਂਟ ਦੇ ਵਿੱਚ ਐਡੀਮ ਡਿਊਟੀ ਲਈ ਆਇਆ ਸੀ ਜੋ ਕਿ 18 April ਦੀ ਸਵੇਰੇ 6 ਵਜੇ ਬਿਨਾਂ ਦੱਸੇ ਚਲਾ ਗਿਆ ਪੁਲਿਸ ਲਗਾਤਾਰ ਜਵਾਨ ਦੀ ਮੋਬਾਈਲ ਲੋਕੇਸ਼ਨ ਟ੍ਰੇਸ ਕਰ ਰਹੀ ਹੈ ਪਰ ਹਾਲੇ ਤੱਕ ਕੁਝ ਨਹੀਂ ਪਤਾ ਲੱਗਿਆ ਲੁਧਿਆਣਾ ਵਿੱਚ ਕੌਮੀ ਸ਼ਾਰਾ ਤੇ ਇੱਕ ਟਰੱਕ ਨੂੰ ਅੱਗ ਲੱਗ ਗਈ ਤੇ ਡਰਾਈਵਰ ਜਿਉਂਦਾ ਸੜ ਗਿਆ ਕੈਬਨ ਦੇ ਵਿੱਚ ਡਰਾਈਵਰ ਸੁੱਤਾ ਪਿਆ ਸੀ ਘਟਨਾ ਸ਼ਨੀਚਰਵਾਰ ਤੜਕੇ ਕਰੀਬ 3:30 ਵਜੇ ਪੈਟਰੋਲ ਪੰਪ ਦੇ ਬਾਹਰ ਵਾਪਰੀ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਐਨਾ ਹੀ ਪਤਾ ਲੱਗਿਆ ਕਿ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ ਪੰਜਾਬ ਦੇ ਵਿੱਚ ਦੋ ਵੱਖ-ਵੱਖ ਸੜਕੀ ਹਾਦਸਿਆਂ ਦੇ ਵਿੱਚ ਚਾਰ ਨੌਜਵਾਨਾਂ ਦੀ ਜਾਨ ਚਲੀ ਗਈ ਪਹਿਲਾ ਹਾਦਸਾ ਲੁਧਿਆਣਾ ਦੇ ਵਿੱਚ ਵਾਪਰਿਆ ਤੇ ਦੂਸਰਾ ਨੰਗਲ ਚੰਡੀਗੜ੍ਹ ਮੁੱਖ ਮਾਰਗ ਤੇ ਪ ਹਾਈਵੇ ਤੇ ਵਾਪਰਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਸਟਾਕ ਨਿਊਜ਼ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਕੱਲ ਨੂੰ ਫਿਰ ਮਿਲਾਂਗੇ ਇਸੇ ਸਮੇਂ ਤੇ ਇਸੇ ਟੀਵੀ ਚੈਨਲ ਤੇ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਧੰਨਵਾਦ